ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡੀ ਆਪਣੀ ਤਵਲੀਨ ਕੌਰ ਅਤੇ ਤੁਸੀਂ ਵੇਖ ਰਹੇ ਹੋ ਸਟਰੇਟ ਲਾਈਨ ਨਿਊਜ਼। ਅੱਜ ਨਾ ਜਦੋਂ ਮੈਂ ਸਵੇਰੇ ਆਫਿਸ ਆ ਰਹੀ ਸੀ ਅਤੇ ਮੈਂ ਆਉਂਦੇ ਆਉਂਦੇ ਨਾ ਏਅਰਪੋਰਟ 'ਤੇ ਮੈਂ ਵੇਖਿਆ ਕਿ ਬਿਲਕੁਲ ਜਿਹੜੀਆਂ ਗੱਡੀਆਂ ਨਾ ਉਹ ਸ਼ਾਂਤੀ ਨਾਲ ਚੱਲ ਰਹੀਆਂ। ਮੈਂ ਪਹਿਲੇ ਤਾਂ ਮੈਨੂੰ ਬੜੀ ਹੈਰਾਨੀ ਹੋਈ ਇਹ ਦੇਖ ਕੇ ਕਿ ਗੱਡੀਆਂ ਇੰਨੀ ਸ਼ਾਂਤੀ ਨਾਲ ਕਿਸੇ ਨਾਲ ਚੱਲ ਰਹੀਆਂ। ਫਿਰ ਮੈਂ ਵੇਖਿਆ ਉੱਥੇ ਟ੍ਰੈਫਿਕ ਪੁਲਿਸ ਵਾਲੇ ਹੈ ਸੀ, ਉਹ ਬੜੀ ਚੰਗੀ ਤਰ੍ਹਾਂ ਮਤਲਬ ਜਿਹੜਾ ਟ੍ਰੈਫਿਕ ਜਿਹੜਾ ਕੰਜੈਸ਼ਨ ਵਗੈਰਾ ਬਣਿਆ ਹੁੰਦਾ ਉਹਨੂੰ ਹਟਾ ਰਹੇ ਸੀ। ਗੱਡੀਆਂ ਜਿਹੜੀਆਂ ਸਮੂਥਲੀ ਚੱਲ ਰਹੀਆਂ ਸੀ, ਨਾ ਕੋਈ ਹਾਰਨ ਦੀ ਆਵਾਜ਼ ਸੀ, ਨਾ ਕੁਛ, ਮਤਲਬ ਨਹੀਂ ਤਾਂ ਕਿੰਨਾ ਸ਼ੋਰ ਪਿਆ ਹੁੰਦਾ। ਅਤੇ ਮੈਨੂੰ ਇਹ ਵੇਖ ਕੇ ਨਾ ਬਹੁਤ ਹੀ ਖੁਸ਼ੀ ਹੋਈ ਅਤੇ ਮੈਨੂੰ ਉਸ ਤਰ੍ਹਾਂ ਲੱਗਾ ਅੱਜ ਨਾ ਸਾਰੀ ਜਗ੍ਹਾ ਚਮਕੋ ਚਮਕੋ ਹੋਈ ਪਈ ਹੈ, ਜੇ ਅਨੁਸ਼ਾਸਨ ਸ਼ਾਸਨ ਹੋਇਆ ਪਿਆ ਸਾਰੇ ਪਾਸੇ ਹੈ, ਅਤੇ ਮੈਨੂੰ ਬਹੁਤ ਹੀ ਖੁਸ਼ੀ ਹੋਈ ਹੈ ਦੇਖ ਕੇ। ਪਰ ਹੋਇਆ ਕਿ ਥੋੜ੍ਹੇ ਟਾਈਮ ਦੇ ਬਾਅਦ ਮੈਂ ਵਾਪਸ ਬਾਹਰ ਨਿਕਲੀ। ਜਦੋਂ ਥੋੜ੍ਹੇ ਟਾਈਮ ਦੇ ਬਾਅਦ ਮੈਂ ਵਾਪਸ ਬਾਹਰ ਨਿਕਲੀ ਤਾਂ ਮੈਂ ਵੇਖਿਆ ਕਿ ਵਾਪਸ ਹੋਈ ਉਹ ਟ੍ਰੈਫਿਕ, ਇੰਨਾ ਰਸ਼, ਇੰਨਾ ਸ਼ੋਰ, ਗੱਡੀਆਂ ਹਰਨ 'ਤੇ ਹਰਨ ਵਜਾਏ ਜਾ ਰਹੀਆਂ, ਲੋਕ ਜਿਹੜੇ ਨੇ ਬੜੇ ਪਰੇਸ਼ਾਨ। ਮੈਂ ਨਾ ਮੈਂ ਵਾਪਸ ਪੁੱਛਿਆ, ਮੈਂ ਕਿਹਾ, ਮੈਂ ਉੱਥੇ ਇੱਕ ਬੰਦਾ ਖੜ੍ਹਾ ਸੀ, ਮੈਨੂੰ ਪੁੱਛ ਲਿਆ, ਮੈਂ ਕਿਹਾ ਜਦੋਂ ਮੈਂ ਸਵੇਰੇ ਆਈ ਅਤੇ ਉੱਥੇ ਬੜਾ ਮਤਲਬ ਸਵੇਰੇ ਤਾਂ ਬੜਾ ਗੱਡੀਆਂ ਜਿਹੜੀਆਂ ਹੀ ਆਰਾਮ ਨਾਲ ਚੱਲ ਰਹੀਆਂ ਸੀ, ਕੋਈ ਟ੍ਰੈਫਿਕ ਨਹੀਂ ਸੀ, ਕੋਈ ਕੁਛ ਨਹੀਂ ਸੀ, ਅਤੇ ਇਸ ਟਾਈਮ ਕੀ ਹੋ ਗਿਆ? ਅਤੇ ਮੈਨੂੰ ਉਸ ਬੰਦੇ ਨੇ ਇਹ ਗੱਲ ਦੱਸੀ, ਕਹਿੰਦਾ, ਮੈਡਮ ਜੀ ਸਵੇਰੇ ਨਾ ਇੱਥੇ VVIP ਜਿਹੜੀ ਹੈ ਨਾ ਮੂਵਮੈਂਟ ਹੋਣੀ ਸੀ, ਤਾਂ ਕਰਕੇ ਟ੍ਰੈਫਿਕ ਪੁਲਿਸ ਵਾਲੇ ਖੜ੍ਹੇ ਸੀ। ਮੈਂ ਸਮਝ ਗਈ। ਤੁਸੀਂ ਵੇਖਿਆ ਕਦੇ ਕੋਈ ਟ੍ਰੈਫਿਕ ਪੁਲਿਸ ਵਾਲੇ ਸਾਡੇ ਵਾਸਤੇ ਵੀ ਕਦੇ ਖੜ੍ਹੇ ਹੋਣ? ਕਦੇ ਨਹੀਂ ਖੜ੍ਹੇ ਹੁੰਦੇ। ਟ੍ਰੈਫਿਕ ਪੁਲਿਸ ਵਾਲੇ ਖੜ੍ਹੇ ਹੋ ਜਾਂਦੇ ਜਿਸ ਦਿਨ ਉਹਨਾਂ ਦਾ ਖਰਚਾ ਮੁੱਕ ਜਾਂਦਾ, ਖਰਚਾ ਉਹਨਾਂ ਨੂੰ ਜਿਸ ਦਿਨ ਪਤਾ ਚੱਲਦਾ ਕਿ ਸਾਡਾ ਖਰਚਾ ਮੁੱਕ ਗਿਆ ਅਤੇ ਆ ਜਾਂਦੇ ਸੜਕ 'ਤੇ। ਪਰ ਲੋਕਾਂ ਵਾਸਤੇ ਕਦੇ ਟ੍ਰੈਫਿਕ ਪੁਲਿਸ ਵਾਲੇ ਸੜਕ 'ਤੇ ਨਹੀਂ ਆਉਂਦੇ। ਅਤੇ ਜਾਂ ਫਿਰ ਪਤਾ ਕੀ ਕਰਦੇ, ਆ ਕੇ ਨਾ ਸਿੱਧਾ ਰੈੱਡ ਲਾਈਟ ਦੇ ਥੱਲੇ ਖੜ੍ਹੇ ਹੋ ਜਾਂਦੇ, ਬਿਲਕੁਲ ਰੈੱਡ ਲਾਈਟ ਦੇ ਨਾਲ, ਨਾ ਅੱਗੇ ਨਾ ਪਿੱਛੇ। ਭਲਾ ਅੱਗੇ ਖੜੋ ਅਤੇ ਜਿਹੜਾ ਰੂਲ ਭੰਗ ਕਰ ਰਿਹਾ ਉਹਨੂੰ ਪਕੜੋ, ਜਾਂ ਫਿਰ ਪਿੱਛੇ ਖੜੋ ਜਿਹੜਾ ਰੂਲ ਵਾਇਲੇਟ ਕਰ ਰਿਹਾ ਉਹਨੂੰ ਪਕੜੋ। ਪਰ ਨਹੀਂ, ਉਹਨਾਂ ਨੇ ਖੜੋ ਨਾ ਪੂਰੀ ਰੈੱਡ ਲਾਈਟ ਦੇ ਥੱਲੇ। ਅਤੇ ਫਿਰ ਜਿਹੜਾ ਬੰਦਾ ਹੁੰਦਾ ਨਾ ਉਹ ਵੀ ਪਤਾ ਕੀ ਕਰਦਾ, ਜ਼ੈਬਰਾ ਕ੍ਰੋਸਿੰਗ ਕਰਕੇ, ਮੈਂ ਕਹਿੰਦੀ ਹਾਂ, ਰੈੱਡ ਲਾਈਟ ਕ੍ਰੋਸ ਕਰਕੇ ਵੀ ਅੱਗੇ ਖੜਾ ਹੋ ਜਾਂਦਾ। ਫਿਰ ਉਹਨੂੰ ਪੁੱਛਦਾ, ਫਿਰ ਖੁਦ ਹੀ ਉਹਨੂੰ ਟ੍ਰੈਫਿਕ ਪੁਲਿਸ ਵਾਲਿਆਂ ਨੂੰ ਪੁੱਛਦਾ, ਸਰ ਦੇਖਿਓ ਉੱਪਰ ਬੱਤੀ ਆ ਰਹੀ ਹੋਈ, ਮੈਂ ਨਿਕਲਾਂ ਜਾਂ ਨਹੀਂ ਨਿਕਲਾਂ? ਇਹ ਹਾਲ ਹੈ ਸਾਡੀ ਟ੍ਰੈਫਿਕ ਪੁਲਿਸ ਦਾ, ਮਤਲਬ ਇਹਨਾਂ ਨੇ ਕਦੇ ਨਹੀਂ ਨਾ ਕਦੇ ਜਨਤਾ ਵਾਸਤੇ ਨਹੀਂ ਖੜੋਣਾ। ਅਤੇ ਜਿਹੜੇ ਲੋਕ ਇਹ ਗੱਲ ਕਹਿੰਦੇ, ਮਹਾਰਾਜ ਅਸੀਂ ਤਾਂ ਬੜਾ ਟੈਕਸ ਪੇ ਕਰਨਾ, ਅਸੀਂ ਇਹਦਾ ਟੈਕਸ ਪੇ ਦਿੱਤਾ, ਉਹ ਟੈਕਸ ਪੇ ਕਰ ਦਿੱਤਾ, ਭਲਾ ਮੈਨੂੰ ਇੱਕ ਗੱਲ ਸੁਣਾਓ, ਟੈਕਸ ਤੁਸੀਂ ਕਦੇ ਪੇ ਕਰਦੇ ਹੁੰਦੇ ਹੋ? ਕਦੇ ਇਹਨਾਂ ਨੂੰ ਪੁੱਛਿਆ ਕਰੋ, ਜਿਹੜੇ ਟ੍ਰੈਫਿਕ ਪੁਲਿਸ ਵਾਲਿਆਂ ਨੂੰ ਪੈਸੇ ਮਿਲ ਰਹੇ ਨੇ ਉਹ ਵੀ ਤਾਂ ਸਾਡੇ ਹੀ ਮਿਲ ਰਹੇ ਨੇ, ਅਸੀਂ ਘੰਟੇ ਘੰਟੇ ਟ੍ਰੈਫਿਕ 'ਚ ਖੜ੍ਹੇ ਰਹਿੰਦੇ ਹਾਂ, ਐਂਬੂਲੈਂਸ ਖੜ੍ਹੇ ਰਹਿੰਦੇ, ਤੁਸੀਂ ਖੁਦ ਸੋਚੋ ਜਿਹੜਾ ਬੰਦਾ ਬਿਮਾਰ ਹੋ ਗਿਆ ਜੇ ਐਂਬੂਲੈਂਸ ਉੱਥੋਂ ਨਹੀਂ ਗੁਜ਼ਰੇਗੀ। ਅਤੇ ਕਈ ਵਾਰੀ ਇਹ ਹੁੰਦਾ ਕਿ ਇੰਨਾ ਟ੍ਰੈਫਿਕ ਹੁੰਦਾ, ਹਸਪੀਟਲ ਪੁੱਛਦੇ ਪੁੱਛਦੇ ਮਰੀਜ਼ ਦੀ ਜਿਹੜੀ ਹੈ ਡੈਥ ਵੀ ਹੋ ਜਾਂਦੀ ਹੈ। ਇਹ ਹਾਲਤ ਹੈ ਸਾਡੀ ਸੜਕਾਂ ਦੀ ਅਤੇ ਸਾਡੀ ਟ੍ਰੈਫਿਕ ਰੂਲਸ ਦੀਆਂ। ਪਰ ਜੇ ਮੈਂ ਲੋਕਾਂ ਨੂੰ ਕਹਾਂ ਜਿਹੜੇ ਕਹਿੰਦੇ ਨਹੀਂ ਜੀ ਅਸੀਂ ਮਾਰੇ ਬੜਾ ਟੈਕਸ ਪੇ ਕਰ ਰਹੇ ਹਾਂ, ਉਹਨਾਂ ਨੇ ਕਦੇ ਇਹਨਾਂ ਨੂੰ ਪੁੱਛਿਆ ਕਿ ਸਾਡੇ ਜਿਹੜੇ ਸਾਨੂੰ ਟ੍ਰੈਫਿਕ ਪੁਲਿਸ ਕਿਉਂ ਨਹੀਂ ਆ ਕੇ ਸੜਕ 'ਤੇ ਜਿਹੜਾ ਸੜਕ 'ਤੇ ਆ ਕੇ ਕੰਮ ਕਰਦੀ? ਇਹ ਕੰਮ ਕਰਦੀ ਸਿਰਫ ਚਲਾਨ ਕੱਟਣ ਵਾਸਤੇ, ਲੋਕਾਂ ਦੇ ਚਲਾਨ ਕੱਟਦੇ। ਓਬਜੈਕਸ਼ਨ ਲੈਣ ਦੀ ਕੋਈ ਜ਼ਰੂਰਤ ਨਹੀਂ, ਇਹ ਸੱਚਾਈ ਹੈ ਅਤੇ ਇਹਨੂੰ ਅਸੈਪਟ ਕਰੋ। ਅਤੇ ਇਹ ਹਿਸਾਬ ਸਾਡੀ ਟ੍ਰੈਫਿਕ ਪੁਲਿਸ ਦਾ ਅਤੇ ਸਾਡੇ ਕੰਜੈਸ਼ਨ ਦਾ, ਇਹ ਤੁਸੀਂ ਵੇਖ ਹੀ ਰਹੇ ਹੋ।